ਮੇਰੀ ਕਾਫੀ ਲੰਬੀ ਗੱਲ ਹੋਈ ਮਿਸਟਰ ਸਮੀਪ ਗੁਮਟਾਲਾ ਦੇ ਨਾਲ ਜਿਹੜੇ ਫਲਾਈ ਅੰਮ੍ਰਿਤਸਰ ਦੀ ਜਿਹੜੀ ਫਲਾਈਟ ਸ਼ੁਰੂ ਕਰਨ ਵਾਸਤੇ ਬੜੀ ਵੱਡੀ ਕੰਪੇਨ ਚਲਾ ਰਹੇ ਹਨ ਔਰ ਤੁਸੀਂ ਜਾਣਦੇ ਹੀ ਹੋ ਆਪਾਂ ਇਕੱਠੇ ਸੀ ਉਸ ਮੀਟਿੰਗ ਦੇ ਵਿੱਚ ਜਿਹੜੀ ਏਅਰ ਕੈਨੇਡਾ ਨਾਲ ਹੋਈ ਸੀ ਰੂਬੀ ਸਹੋਤਾ ਉਹਨਾਂ ਨੇ ਜਿਹੜੀ ਅਰੇਂਜ ਕੀਤੀ ਸੀ ਉਹ ਬੜੇ ਨਾਰਾਜ਼ ਨਾ ਕੈਨੇਡੀਅਨ ਪੋਲੀਟੀਸ਼ੀਅਨਸ ਤੋਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਅੰਮ੍ਰਿਤਸਰ ਲਿਸਟ ਦੇ ਵਿੱਚ ਸੀ ਏਅਰ ਕੈਨੇਡਾ ਦੀ ਜਿੱਥੇ ਫਲਾਈਟ ਜਾ ਸਕਦੀਆਂ ਸੀ 6+2 ਕੰਟਰੀਆਂ ਸੀ ਮਾਫ਼ ਕਰਨਾ ਸਿਟੀ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਦੋ ਹੋਰ ਹਾਂਜੀ ਉਹਦੇ ਅੰਮ੍ਰਿਤਸਰ ਐਡ ਹੋ ਸਕਦਾ ਸੀ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਉਹ ਵੀ ਕਢਾ ਦਿੱਤਾ ਹੁਣ ਜਿਹੜਾ ਫੈਸਲਾ ਆਇਆ ਉਹਦੇ ਵਿੱਚ ਅੰਮ੍ਰਿਤਸਰ ਨਹੀਂ ਹੈ ਇਹਦਾ ਮਤਲਬ ਜਿਹੜੀਆਂ ਕੈਨੇਡੀਅਨ ਏਅਰਲਾਈਨਸ ਹੈ ਉਹਨਾਂ ਲਈ ਅੰਮ੍ਰਿਤਸਰ ਡੈਸਟੀਨੇਸ਼ਨ ਹੋਏਗਾ ਹੀ ਨਹੀਂ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਜੀ ਏਅਰ ਇੰਡੀਆ ਵਾਸਤੇ ਇੱਥੇ ਆਉਣਾ ਆਸਾਨ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਿਸਟਰ ਬ੍ਰੈਡ ਜਿਹੜੇ ਐਮ ਪੀ ਨੇ ਮਿਸਟਰ ਹੱਲਨ ਨੇ ਅਤੇ ਮੁੱਪਲ ਨੇ ਉਹਨਾਂ ਨੇ ਇੱਕ ਲੈਟਰ ਵੀ ਲਿਖੀ ਹੈ ਬੜੀ ਸਟਰੋਂਗ ਕਿ ਇਮੀਜੀਏਟਲੀ ਫਲਾਈਟ ਸ਼ੁਰੂ ਕੀਤੀ ਜਾਵੇ ਤੋ ਜਿੱਥੇ ਕਈ ਲੋਕ ਇਹ ਕਹਿ ਰਹੇ ਆ ਜੀ ਮੋਹਾਲੀ ਸ਼ੁਰੂ ਕਰ ਦਿਓ ਅੰਮ੍ਰਿਤਸਰ ਸ਼ੁਰੂ ਕਰ ਦਿਓ ਸ਼ੁਰੂ ਤੋਂ ਕਮ ਸੇ ਕਮ ਕਰੋ ਉੱਥੇ ਮਿਸਟਰ ਗੁਮਟਾਲਾ ਦਾ ਕਹਿਣਾ ਸੀਗਾ ਕਿ ਨਹੀਂ ਸਾਨੂੰ ਅੰਮ੍ਰਿਤਸਰ ਨੂੰ ਹੀ ਫਲਾਈਟ ਚਾਹੀਦੀ ਹੈ ਉਹ 'ਚ ਫੋਗ ਬੜੇ ਉਹਨਾਂ ਨੇ ਰੀਜ਼ਨ ਦਿੱਤੇ ਕਿ ਕਈ ਕਾਰਨ ਹੈ ਜੀ ਔਰ ਉੱਥੇ ਪੂਰਾ ਅਜੇ ਇਮੀਗ੍ਰੇਸ਼ਨ ਦਾ ਪ੍ਰਬੰਧ ਨਹੀਂ ਹੈ ਬੜੀਆਂ ਲਿਮਿਟਡ ਫਲਾਈਟਾਂ ਹੈ ਮੋਹਾਲੀ ਦੇ ਵਿੱਚ ਅਤੇ ਇਸ ਕਰਕੇ ਜੇ ਫਲਾਈਟ ਸ਼ੁਰੂ ਕਰਨੀ ਹੈ ਤਾਂ ਅੰਮ੍ਰਿਤਸਰ ਕੀਤੀ ਜਾਵੇ ਤੋ ਇਸ ਲਈ ਬੜਾ ਵੱਡਾ ਇੱਕ ਪ੍ਰੈਸ਼ਰ ਤੇ ਬੰਦਾ ਜਾ ਰਿਹਾ ਪਰ ਲੋਕਾਂ ਨੂੰ ਵੀ ਸਾਡੇ ਲਿਸਨਰ ਨੂੰ ਵੀ ਚਾਹੀਦਾ ਹਰ ਪਾਸਿਓਂ ਇੱਕ ਸਟਰੋਂਗ ਲੌਬੀ ਦੀ ਲੋੜ ਹੈ ਕਿ ਕਿਉਂ ਨਾ ਹੋਵੇ ਏਅਰ ਕੈਨੇਡਾ ਏਅਰ ਇੰਡੀਆ ਨੇ ਵੈਸੇ ਨਵੇਂ 4-5 ਜਹਾਜ਼ ਲਏ ਆ ਨਵੀਆਂ 4-5 ਫਲਾਈਟਾਂ ਸ਼ੁਰੂ ਕਰ ਵੀ ਦਿੱਤੀਆਂ ਪਰ ਅਨਫੋਰਚੁਨੇਟਲੀ ਬੈਂਗਲੌਰ ਐਲਏ ਹੋਰ ਬੜੀਆਂ ਫਲਾਈਟਾਂ ਸ਼ੁਰੂ ਕੀਤੀਆਂ ਪਰ ਉਹਦੇ 'ਚ ਵੀ ਦਿੱਲੀ ਟੋਰਾਂਟੋ ਜਾਂ ਦਿੱਲੀ ਵੈਨਕੂਵਰ ਜਾਂ ਅੰਮ੍ਰਿਤਸਰ ਦਾ ਫਿਰ ਕੋਈ ਜ਼ਿਕਰ ਹਜੇ ਸੌਰੀ ਅੰਮ੍ਰਿਤਸਰ ਤੋਂ ਕੋਈ ਫਲਾਈਟ ਨਵੀਂ ਸ਼ੁਰੂ ਹੋਣ ਦਾ ਕਰਨ ਦਾ ਕੋਈ ਜ਼ਿਕਰ ਨਹੀਂ ਹੈ ਤੋ ਤੁਸੀਂ ਵੀ ਇਹਨੂੰ ਬੜੀ ਦੇਰ ਤੋਂ ਪੈਰਵੀ ਕਰ ਰਹੇ ਹੋ ਤੁਸੀਂ ਬਹੁਤ ਇਹਦੇ ਬਾਰੇ ਲਿਖਿਆ ਵੀ ਹੈ ਔਰ ਕਾਫੀ ਤੁਹਾਨੂੰ ਜਾਣਕਾਰੀ ਵੀ ਹੈ ਤੋ ਮੇਰੇ ਕੋਲ ਸਮਾਂ ਥੋੜਾ 1-2 ਮਿੰਟ 'ਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਏਅਰ ਇੰਡੀਆ ਨੇ ਪਿਛਲੇ ਕੁਝ ਦਿਨਾਂ ਵਿੱਚ 3-4 ਗੱਲਾਂ ਦੀ ਅਨਾਊਂਸਮੈਂਟ ਕੀਤੀ ਹੈ ਲੇਕਿਨ ਉਹਦੇ ਵਿੱਚ ਸਾਡੇ ਪੰਜਾਬ ਜਾਂ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀ ਡਾਇਸਪੋਰਾ ਉਹਨਾਂ ਦੀ ਕੋਈ ਚੰਗੀ ਖਬਰ ਨਹੀਂ ਉਹਨਾਂ ਨੇ ਨਵੇਂ ਜਹਾਜ਼ ਖਰੀਦਣ ਦੀ ਗੱਲ ਕੀਤੀ ਹੈ ਕਿ ਉਹ 30 ਨਵੇਂ ਜਹਾਜ਼ ਲੀਜ਼ ਤੇ ਲੈ ਰਹੇ ਨੇ ਏਅਰ ਬਸੋ ਤੇ ਬੋਇੰਗ ਤੋਂ ਉਹਨਾਂ ਨੇ ਕਿਹਾ ਕਿ ਆਪਣਾ ਮਾਰਕੀਟ ਜਿਹੜਾ ਸ਼ੇਅਰ ਹੈ ਉਹਨਾਂ ਦਾ ਇਸ ਵੇਲੇ ਇੰਟਰਨੈਸ਼ਨਲ ਐਵੀਏਸ਼ਨ ਸਿਰਫ 14% ਹੈ ਤੇ ਡੋਮੈਸਟਿਕ ਵਿੱਚ ਸਿਰਫ 10% ਹੈ ਇਹ ਸ਼ੇਅਰ ਵਧਾ ਕੇ 30% ਕਰਨਾ ਚਾਹੁੰਦੇ ਨੇ ਔਰ ਉਹਨਾਂ ਨੇ ਨਵੇਂ ਜਹਾਜ਼ ਲੀਜ਼ ਤੇ ਲੈਣ ਦਾ ਫੈਸਲਾ ਕੀਤਾ ਤੇ ਉਹਨਾਂ ਦੀ ਨੈਗੋਸੀਏਸ਼ਨ ਬੋਇੰਗ ਨਾਲ ਤੇ ਏਅਰ ਬਸ ਇੰਡਸਟਰੀ ਨਾਲ ਚੱਲ ਰਹੀ ਹੈ ਪਰੰਤੂ ਜਿਹੜੀਆਂ ਨਵੀਆਂ ਫਲਾਈਟਾਂ ਉਹਨਾਂ ਨੇ ਅਨਾਊਂਸ ਕੀਤੀਆਂ ਸਿਵਾਏ ਇੱਕ ਬਰਮਿੰਗਮ ਵਾਲੀ ਜਿਹੜੀ ਫਲਾਈਟ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਅੰਮ੍ਰਿਤਸਰ ਨੂੰ 2 ਫਲਾਈਟਾਂ ਹੋਰ ਦਿੱਤੀਆਂ ਨੇ ਤੇ 4 ਦੀ ਕਨੈਕਟੀਵਿਟੀ ਵਧਾਈ ਹੈ ਦਿੱਲੀ ਤੋਂ ਸਿਰਫ 2 ਫਲਾਈਟਾਂ ਅੰਮ੍ਰਿਤਸਰ ਬਰਮਿੰਗਮ ਦੀਆਂ ਨਵੀਆਂ ਲੱਗਣਗੀਆਂ ਤੇ 4 ਫਲਾਈਟਾਂ ਬਰਮਿੰਗਮ ਦਿੱਲੀ ਬਰਮਿੰਗਮ ਤੋਂ ਲੱਗਣਗੀਆਂ ਇਸ ਤੋਂ ਬਿਨਾਂ ਉਹਨਾਂ ਨੇ ਬੰਬੇ ਤੋਂ ਜ਼ਿਆਦਾ ਜ਼ੋਰ ਰੱਖਿਆ ਜੇ ਬੰਬੇ ਤੋਂ ਅਮਰੀਕਾ ਵਿੱਚ ਨਵੀਆਂ ਨਵੀਆਂ ਫਲਾਈਟਾਂ ਸ਼ੁਰੂ ਕਰ ਰਹੇ ਨੇ ਸੈਨ ਫ੍ਰਾਂਸਿਸਕੋ ਲਈ ਫਲਾਈਟਾਂ ਕੱਲ੍ਹ ਅਨਾਊਂਸਮੈਂਟ ਕੀਤੀ ਹੈ ਨਵੀਆਂ ਫਲਾਈਟਾਂ ਨਿਊਯਾਰਕ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਕਿ ਡਾਇਰੈਕਟ ਫਲਾਈਟ ਦਿੱਲੀ ਨਿਊਯਾਰਕ ਦੀ ਡਾਇਰੈਕਟ ਫਲਾਈਟ ਬੰਬੇ ਨਿਊਯਾਰਕ ਦੀ ਡਾਇਰੈਕਟ ਫਲਾਈਟ ਬੰਬੇ ਸੈਨ ਫ੍ਰਾਂਸਿਸਕੋ ਦੀ ਇਹ ਫਲਾਈਟਾਂ ਉਹਨਾਂ ਨੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਲੇਕਿਨ ਜਿਹੜੀ ਡਿਮਾਂਡ ਸੀ ਨਾਰਥ ਇੰਡੀਆ ਦੀ ਅੰਮ੍ਰਿਤਸਰ ਨੂੰ ਤੇ ਚੰਡੀਗੜ੍ਹ ਨੂੰ ਕਨੈਕਟੀਵਿਟੀ ਦੇਣ ਦੀ ਇੰਟਰਨੈਸ਼ਨਲ ਕਨੈਕਟੀਵਿਟੀ ਦੇਣ ਦੀ ਹਲੇ ਉਸਦੀ ਕੋਈ ਵੀ ਗੱਲ ਏਅਰ ਇੰਡੀਆ ਨੇ ਨਹੀਂ ਕੀਤੀ ਜਿਹੜੀ ਅੱਜ ਵੀ ਅਨਾਊਂਸਮੈਂਟ ਜਾਂ ਕੱਲ੍ਹ ਅਨਾਊਂਸਮੈਂਟ ਜਿਹੜੀ ਕੀਤੀ ਹੈ ਉਹਦੇ ਵਿੱਚ ਵੀ ਸਿਰਫ ਉਹਨਾਂ ਨੇ ਅੱਜ ਦੇਖੋ ਤੁਸੀਂ ਬਹੁਤ ਸਾਰੇ ਵੱਡੇ ਵੱਡੇ ਨੈਸ਼ਨਲ ਜਿਹੜੇ ਨਿਊਜ਼ ਪੇਪਰ ਨੇ ਏਅਰ ਇੰਡੀਆ ਨੇ ਐਡਵਰਟਾਈਜਮੈਂਟ ਦਿੱਤੀ ਹੈ ਕਿ ਯੂ ਫਲਾਈ 10 ਫਲਾਈਟ ਜਿਹੜੀਆਂ ਨੇ ਉਹ ਨਾਰਥ ਅਮੈਰੀਕਾ ਨੂੰ ਐਵਰੀ ਡੇ ਦਿੱਲੀ ਜਾਂ ਬੰਬੇ ਤੋਂ ਲਗਾ ਦਿੱਤੀਆਂ ਨੇ ਲੇਕਿਨ ਦਿੱਲੀ ਤੋਂ ਬਿਯੋਂਡ ਜਿਹੜਾ ਅੰਮ੍ਰਿਤਸਰ ਹੈ ਜਾਂ ਚੰਡੀਗੜ੍ਹ ਹੈ ਇਹਨਾਂ ਲਈ ਕੋਈ ਵੀ ਉਹਨਾਂ ਨੇ ਨਵਾਂ ਪਲਾਨ ਅਨਾਊਂਸ ਹਜੇ ਤੱਕ ਨਹੀਂ ਕੀਤਾ ਜਿਹਦੇ ਨਾਲ ਜਿਹੜੇ ਸਾਡੇ ਟਰੈਵਲਰ ਨੇ ਏਅਰ ਪੈਸੰਜਰਸ ਨੇ ਔਰ ਇੰਡੀਅਨ ਡਾਇਸਪੋਰਾ ਆ ਨਾਰਥ ਇੰਡੀਆ ਤੋਂ ਸਪੈਸ਼ਲੀ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੋਂ ਉਹਨਾਂ ਨੂੰ ਕਾਫੀ ਡਿਸਅਪੁਆਇੰਟਮੈਂਟ ਹੋਈ ਹੈ ਕਿ ਉਮੀਦ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਪਹਿਲਾਂ ਦਾ ਕਿਹਾ ਸੀ ਅਕਤੂਬਰ ਵਿੱਚ ਫਲਾਈਟ ਲਗਾ ਦੇਣਗੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਨਾਰਥ ਅਮਰੀਕਾ ਲਈ ਟੋਰਾਂਟੋ ਜਾਂ ਵੈਨਕੂਵਰ ਲਈ ਲੇਕਿਨ ਉਹ ਨਹੀਂ ਹੋਇਆ ਜਹਾਜ਼ ਵੀ ਨਵੇਂ ਲੈ ਰਹੇ ਨੇ ਫਲਾਈਟਾਂ ਵੀ ਨਵੀਆਂ ਇੰਟਰੋਡਿਊਸ ਕਰ ਰਹੇ ਨੇ ਪਰ ਅੱਜ ਵੀ ਲੱਗਦਾ ਹੈ ਕਿ ਉਹਨਾਂ ਦੀ ਪ੍ਰਾਇਰਟੀ ਲਿਸਟ ਤੇ ਨਾ ਅੰਮ੍ਰਿਤਸਰ ਹੈ ਤੇ ਨਾ ਚੰਡੀਗੜ੍ਹ ਹੈ ਤੇ ਜਿਹੜੇ
ਕਿਉਂਕਿ ਸਿਵਲ ਏਵੀਏਸ਼ਨ ਮਿਨਿਸਟਰ ਦੀ ਜਿਵੇਂ ਜੋਤੀਰਾਜ ਸਿੰਧੀਆ ਦੀ ਗਵਰਨਰ ਸਾਹਿਬ ਨਾਲ ਗੱਲ ਹੋਈ ਜਾਂ ਮਿਨਿਸਟਰ ਕੈਨੇਡੀਅਨ ਮਿਨਿਸਟਰ ਨਾਲ ਗੱਲ ਹੋਈ, ਉਹ ਗੱਲ ਕਿਤੇ ਨਾ ਕਿਤੇ ਵਿੱਚੋਂ ਕੋਈ ਨਾ ਕੋਈ ਅੜਚਨ ਜ਼ਰੂਰ ਵਿੱਚ ਪੈਂਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜੇ ਸ਼ਾਇਦ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਲੇਸ਼ਨਸ਼ਿਪ ਹੈ, ਸਪੈਸ਼ਲੀ ਪੰਜਾਬ ਕਾਰਨ ਜਿਹੜੇ ਸਿੱਖ ਕਮਿਊਨਿਟੀ ਕਰਕੇ ਜਿਹੜਾ ਰਿਲੇਸ਼ਨਸ਼ਿਪ ਹੈ, ਸ਼ਾਇਦ ਉਹ ਇੱਕ ਵੱਡੀ ਅੜਚਨ ਹੈ ਜਿਹਦੇ ਕਰਕੇ ਨਾ ਏਅਰ ਇੰਡੀਆ ਬਹੁਤ ਜ਼ਿਆਦਾ ਕੀਨ ਹੈ ਤੇ ਨਾ ਹੀ ਏਅਰ ਕੈਨੇਡਾ ਨੇ ਕੋਈ ਇਨੀਸ਼ੀਏਟਿਵ ਲਿਆ ਕਿ ਇਹ ਜਿਹੜੀ ਡਿਮਾਂਡ ਹੈ ਬਹੁਤ ਲੌਂਗ ਸਟੈਂਡਿੰਗ ਡਿਮਾਂਡ ਹੈ। ਉਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਜਿਹੜੀ ਐਫਰਟ ਹੋ ਰਹੀ ਸੀ ਕਿ ਇੱਕ ਲੰਬੇ ਸਮੇਂ ਤੋਂ ਕਿ ਕਨੈਕਟੀਵਿਟੀ ਬਣਾਈ ਜਾਵੇ ਅੰਮ੍ਰਿਤਸਰ ਨਾਲ, ਇੰਨੇ ਪੈਸੰਜਰ ਹੈ, 27% ਟੋਟਲ ਪੈਸੰਜਰ ਜਿਹੜੇ ਕੈਨੇਡਾ ਤੇ ਇੰਡੀਆ ਵਿਚਕਾਰ ਚੱਲਦੇ ਨੇ ਉਹ ਪੰਜਾਬ ਦੇ ਓਰੀਜਨ ਤੋਂ ਨੇ 27%। ਔਰ ਇਹ ਨੰਬਰ ਜਿਹੜਾ ਪੈਸੰਜਰ ਦਾ ਹਰ ਸਾਲ ਜਿਵੇਂ ਜਿਵੇਂ ਸਟੂਡੈਂਟਸ ਦੀ ਗਿਣਤੀ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਧਦੀ ਜਾ ਰਹੀ ਹੈ, ਔਰ ਪੀਪਲ ਟੂ ਪੀਪਲ ਕੰਟੈਕਟ ਇੰਡੀਆ ਔਰ ਕੈਨੇਡਾ ਦਾ, ਸਪੈਸ਼ਲੀ ਪੰਜਾਬ ਔਰ ਕੈਨੇਡਾ ਦਾ ਵਧਦਾ ਜਾ ਰਿਹਾ, ਇਹ ਪੈਸੰਜਰ ਦਾ ਗਰੋਥ ਜਿਹੜੀ ਹੈ ਇਹ ਅਪਵਰਡ ਹੋ ਰਹੀ ਹੈ। ਜਿਹੜੀ ਇੱਕੋ ਹੀ ਉਹਨਾਂ ਨੂੰ ਏਅਰਲਾਈਨ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਾਨੂੰ ਸ਼ਾਇਦ ਬਿਜ਼ਨਸ ਕਲਾਸ ਦਾ ਪੈਸੰਜਰ ਨਹੀਂ ਮਿਲਦਾ ਪੰਜਾਬ ਲਈ, ਅੰਮ੍ਰਿਤਸਰ ਲਈ ਜਾਂ ਚੰਡੀਗੜ੍ਹ ਲਈ, ਉਹਦੇ ਵਿੱਚ ਵੀ ਕੋਈ ਜ਼ਿਆਦਾ ਵਜ੍ਹਾ ਨਹੀਂ, ਕਿਉਂਕਿ ਹੁਣ ਜੇ ਦੇਖਿਆ ਜਾਵੇ ਜਿਹੜੀ ਗਰੋਥ ਹੋਈ ਹੈ ਬਿਜ਼ਨਸ ਕਲਾਸ ਟਰੈਵਲਰਸ ਦੀ ਉਹ ਸਬਸਟੈਂਸ਼ੀਅਲ ਆ। ਉਹ ਕਿਸੇ ਵੀ ਸੈਕਟਰ ਨਾਲੋਂ ਜੇ ਤੁਸੀਂ ਕੈਨੇਡਾ ਤੋਂ ਜਾਂ ਅਮੈਰੀਕਾ ਤੋਂ ਨਿਊਯਾਰਕ ਤੋਂ ਜਾਂ ਸੈਨ ਫਰਾਂਸਿਸਕੋ ਤੋਂ ਜਾਂ ਕਿਸੇ ਹੋਰ ਸ਼ਹਿਰ ਤੋਂ ਦੇਖਦੇ ਹੋ ਕਿ ਬੰਬੇ ਜਾਂ ਦਿੱਲੀ ਦੀ ਫਲਾਈਟ ਹੈ ਜਿੰਨਾ ਏਅਰ ਪੈਸੰਜਰ ਬਿਜ਼ਨਸ ਵਾਲਾ ਵਧਿਆ, ਉਹਦੇ ਸੇਮ ਪ੍ਰਪੋਰਸ਼ਨੇਟਲੀ ਉਸ ਤੋਂ ਵੀ ਜ਼ਿਆਦਾ ਪੈਸੰਜਰ ਦਾ ਜਿਹੜਾ ਨੰਬਰ ਹੈ ਉਹ ਵੱਧ ਰਿਹਾ, ਜਿਹੜਾ ਦਿੱਲੀ ਪੰਜਾਬੀ ਪੈਸੰਜਰ ਦਿੱਲੀ ਆ ਰਿਹਾ ਬਿਜ਼ਨਸ ਕਲਾਸਿਸ। ਸੋ ਉਹੀ ਪੈਸੰਜਰ ਜਾਣਾ ਚਾਹੇਗਾ ਕਿ ਮੈਨੂੰ ਸਿੱਧਾ ਅੰਮ੍ਰਿਤਸਰ ਭੇਜੋ ਜਾਂ ਚੰਡੀਗੜ੍ਹ ਭੇਜੋ, ਸੋ ਉਹ ਨੰਬਰ ਹਮੇਸ਼ਾ ਵੱਧਦਾ ਰਹੇਗਾ। ਸੋ ਇਹ ਵੀ ਜਿਹੜੀ ਧਾਰਨਾ ਦਿੱਤੀ ਜਾ ਰਹੀ ਹੈ ਇਹ ਕੋਈ ਜ਼ਿਆਦਾ ਵਜਨਦਾਰ ਨਹੀਂ, ਇਹ ਰੀਜ਼ਨ ਨਹੀਂ ਹੈਗਾ, ਪਰੰਤੂ ਮੈਨੂੰ ਲੱਗਦਾ ਕਿ ਪੈਸੰਜਰ ਜਾਂ ਏਅਰ ਟ੍ਰੈਫਿਕ ਦਾ ਰੀਜ਼ਨ ਨਹੀਂ, ਰੀਜ਼ਨ ਜਿਹੜਾ ਹੈ ਉਹ ਪੋਲੀਟੀਕਲ ਹੈ, ਜਿਹੜੇ ਫਲਾਈਟਾਂ ਨਹੀਂ ਲਗਾਈਆਂ ਜਾ ਰਹੀਆਂ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੇਰੇ ਖਿਆਲ ਠੀਕ ਨਬਜ਼ ਫੜ ਲਈ ਹੈ ਕਿ ਜੇ ਵਿਲ ਹੋਵੇ ਤੇ ਸਾਰੇ ਕੰਮ ਹੋ ਜਾਂਦੇ ਆ, ਯਹਾਂ ਚਾਹ ਵਹਾਂ ਰਾਹ, ਤੇ ਜੇ ਵਿਲ ਹੀ ਨਹੀਂ ਹੈ ਤੇ ਫਿਰ ਕੁਛ ਨਹੀਂ ਹੋਣਾ, ਔਰ ਉਹੀ ਹੋ ਰਿਹਾ, ਜਿੰਨੇ ਮਰਜ਼ੀ ਲੌਜਿਕ ਦੇ ਦਿਓ, ਪਰ ਮੇਰਾ ਮੰਨਣਾ ਫਿਰ ਵੀ ਹੈ ਪ੍ਰਭਜੋਤ ਜੀ ਕਿ ਸਾਨੂੰ ਇਹ ਲੜਾਈ ਨੂੰ ਜਾਰੀ ਰੱਖਣਾ ਚਾਹੀਦਾ, ਔਰ ਹਰ ਫਰੰਟ ਤੇ ਪ੍ਰਵਾਸੀ ਵੱਲੋਂ ਅਸੀਂ ਪ੍ਰਵਾਸੀ ਮੀਡੀਆ ਵੱਲੋਂ ਅਸੀਂ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ, ਸਾਰੇ ਪੋਲੀਟੀਸ਼ੀਅਨਾਂ ਨੂੰ ਮਿਲ ਰਹੇ ਹਾਂ, ਹਰ ਜਗ੍ਹਾ ਇਹਦੀ ਲੌਬਿੰਗ ਕਰ ਰਹੇ ਹਾਂ, ਔਰ ਸਾਡੇ ਵਾਂਗ ਬਹੁਤ ਸਾਰੇ ਹੋਰ ਲੋਕ ਲੱਗੇ ਹੋਏ ਨੇ, ਜਿਸ ਤਰ੍ਹਾਂ ਫਲਾਈ ਅੰਮ੍ਰਿਤਸਰ ਵਾਲੇ ਨੇ, ਬਹੁਤ ਲੋਕ ਨੇ, ਤਾਂ ਅਸੀਂ ਚਾਹਾਂਗੇ ਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ, ਕੈਨੇਡੀਅਨ ਪੋਲੀਟੀਸ਼ੀਅਨ, ਚਾਹੇ ਉਹ ਵਿਰੋਧੀ ਧਿਰ ਦੇ ਨੇ ਤੇ ਚਾਹੇ ਉਹ ਸੱਤਾਧਾਰੀ ਧਿਰ ਦੇ ਨੇ, ਮਿਲ ਕੇ ਕੰਮ ਕਰਨ ਔਰ ਇਹ ਲੋਕਾਂ ਦੀ ਮੰਗ ਨੂੰ ਮਨਵਾਉਣ। ਠੀਕ ਹੈ ਜੀ, ਮਿਹਰਬਾਨੀ ਸਰ, ਬਿਲਕੁਲ ਜੀ, ਹਾਂਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸਰ, ਥੈਂਕ ਯੂ ਸੋ ਮਚ।